ਨੇਕ ਮੈਡਲ ਜਿੱਤੇ ਨੇ 골ਡ ਮੈਡਲ ਜਿੱਤਣਾਂ ਤੋਂ ਉਮਰ ਜਿਹੜੀ 70 ਸਾਲ ਤੋਂ ਬਾਅਦ ਜਿਹੜੀ ਉਮਰ ਹੈਗੀ ਤੇ ਪੁਰਾਣੀ ਖੁਰਾਕਾ ਖਾਦੀ ਹੈਗੀ ਤੇ ਫੌਜੀ ਵੀ ਰਹਿ ਚੁੱਕੇ ਸੀਗੇ ਬਚਪਨ ਤੋਂ ਹੀ ਉਹਨਾਂ ਨੂੰ ਸ਼ੌਕ ਸੀਗਾ ਭੱਜਦਾ ਤੇ ਹੁਣ ਲਗਾਤਾਰ ਉਹਨੂੰ ਭੱਜਿਆ ਜਾ ਰਿਹਾ ਤੇ ਅਨੇਕ ਕੰਪੀਟੀਸ਼ਨ ਜਿੱਤੇ ਉਹਨਾਂ ਨੇ ਗੋਲਡ ਮੈਡਲ ਹਾਸਲ ਕੀਤਾ ਸਕੂਲ ਦੇ ਵਿੱਚ ਵੀ ਪਰ ਰੈਮਲੀ ਸਕੂਲ ਸੀ ਵੀ 골ਡ ਮੈਡਲ ਸੀ ਮੇਰੇ ਹਾਈ ਸਕੂਲ ਵੀ 골ਡ ਮੈਡਲ ਆਉਂਦੇ ਸੀ ਜਦੋਂ ਮਾਰੀਆ ਕਾਲਜ ਜਿਹੜਾ ਉੱਥੇ ਵੀ 골ਡ ਮੈਡਲ ਦਿੱਤੇ ਰਹੇ ਉਸ ਤੋਂ ਬਾਅਦ ਫਿਰ ਸਪੋਰਟਸ ਕੋਟੇ ਵਿੱਚ ਮਿਲਟਰੀ ਚਲੇ ਗਏ ਉਹਨਾਂ ਦੇ ਵਿੱਚ ਆਪਣੇ ਨਾਸਕ ਇੰਟਰਨੈਸ਼ਨਲ ਹੋਈਆਂ ਸੀਗੀਆਂ ਤੇ శ్రీਲੰਕਾ ਨੂੰ ਹਰਾਇਆ ਤੇ ਉੱਥੇ ਹੀ ਮੇਰਾ ਗੋਲ ਮੈਡਲ ਸੀ 200 ਮੀਟਰ 400 ਮੀਟਰ ਦੇ ਵਿੱਚ ਚੇਲੀਆ ਗਿਆ ਸੀਗੇ ਉੱਥੇ ਕਿਸ ਤਰ੍ਹਾਂ ਜਾਣ ਤੁਹਾਡਾ ਸਬਬ ਬਣਿਆ ਤੇ ਉੱਥੇ ਕਿਹੜੀ ਕਿਹੜੇ ਗੇਮਾਂ ਵਿੱਚ ਤੁਸੀਂ ਹਿੱਸਾ ਲਿਆ ਤੇ ਕਿਹੜੇ ਕਿਹੜੇ ਮੈਡਲ ਜਿੱਤੇ ਉਹ ਕਹਿੰਦੇ ਸੀ ਕੰਪੀਟੀਸ਼ਨ ਲੜਨ ਲਈ ਜਾ ਸਕਦੇ ਹੋ 7 ਅਕਤੂਬਰ ਤੋਂ 14 ਅਕਤੂਬਰ ਦੇ ਵਿਆਖੇਟਾ 2023 ਦੇ ਵਿੱਚ ਸੀ ਤੇ ਇੰਟਰਨੈਸ਼ਨਲ ਸੀ ਆਸਟ੍ਰੇਲੀਆ ਨੂੰ ਮਾਸਟਰ ਗੇਮ ਵਿੱਚ 400 ਮੀਟਰ ਜੇ ਮੇਰਾ 골ਡ ਮੈਡਲ ਸੀ 300 ਹੈਡਲ ਲੋ ਹੈਡਲ ਦੇ ਵਿੱਚ 골ਡ ਮੈਡਲ ਸੀ 100 ਮੀਟਰ ਹਾਈ ਹੈਡਲ ਦੇ ਵਿੱਚ ਮੇਰਾ 골ਡ ਮੈਡਲ ਸੀ 800 ਮੀਟਰ ਮੇਰਾ ਸਿਲਵਰ ਮੈਡਲ ਸੀ ਫਾਈ ਜੰਪ ਤੇ 60 ਮੀਟਰ ਦੇ ਵਿੱਚ ਮੇਰੇ ਬ੍ਰੌਨ ਮੈਡਲ ਸੀ ਤੋਂ ਮੈਂ 6 ਮੈਡਲ ਜਿੱਤੇ ਮੇਰੀ ਤਿਆਰੀ ਅਮਰੀਕਾ ਦੇ ਵਿੱਚ ਪੈਨ ਮਾਸਟਰ ਗੇਮ ਵਿੱਚ ਪੰਜਾਬ ਦਾ ਜਿਹੜਾ ਹੈਗਾ ਵਾ ਸਪੋਰਟਸ ਨੀਤੀ ਜਿਹੜੀ ਹੈਗੀ ਆ ਪੰਜਾਬ ਦੀ ਜਿਹੜਾ ਸਪੋਰਟਸ ਦਾ ਇਨਫਰਾਸਟ੍ਰਕਚਰ ਹੈ ਸਾਰਾ ਜਿਸ ਤਰ੍ਹਾਂ ਦਾ ਮਾਹੌਲ ਹੈਗਾ ਪੰਜਾਬ ਦੇ ਖੇਡਾਂ ਨੂੰ ਲੈ ਕੇ ਤੁਸੀਂ ਆਪਾਂ ਕਿਸ ਤਰ੍ਹਾਂ ਵੇਖਦੇ ਪੰਜਾਬ ਦੇ ਖੇਡਾਂ ਨੂੰ ਭਗਵਾਨ ਸਮਾਨ ਦੀ ਸਰਕਾਰ ਆਉਣ ਕਰਕੇ ਹੁਣ ਪੰਜਾਬ ਹਾਕੀ ਦੇ ਵਿੱਚ ਵੀ ਜਿੱਤ ਕੇ ਆਇਆ ਹੈ ਮੈਂ ਵੀ ਆਸਟ੍ਰੇਲੀਆ ਤੋਂ 6 ਮੈਡਲ ਜਿੱਤ ਕੇ ਆਇਆ ਹਾਂ ਇੱਕ ਪਾਸੇ ਲਗਾਤਾਰ ਪੰਜਾਬ ਦੇ ਨੌਜਵਾਨ ਜਿਹੜੀ ਪੀੜ੍ਹੀ ਹੈ ਲਗਾਤਾਰ ਉਸ ਨੂੰ ਬਦਨਾਮ ਕੀਤਾ ਜਾਂਦਾ ਨਸ਼ੇ ਨੂੰ ਲੈ ਕੇ ਪਰ ਹੁਣ ਜਿਹੜੇ ਬਜ਼ੁਰਗ ਨੇ ਜਿਹੜੇ ਪਹਿਲੇ ਉਹਨੇ ਖੁਰਾਕਾ ਖਾਦੀ ਉਹ ਲਗਾਤਾਰ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ ਭਾਰਤ ਦਾ ਨਾਮ ਰੋਸ਼ਨ ਕਰ ਰਹੇ ਵਿਦੇਸ਼ਾਂ ਵਿੱਚ ਜਾ ਕੇ ਅਸੀਂ ਗੱਲਬਾਤ ਕਰ ਰਹੇ ਇੱਕ ਬਜ਼ੁਰਗ ਦੀ ਜਿਨ੍ਹਾਂ ਨੇ ਪਿਛਲੇ ਮਹੀਨੇ ਜਿਹੜਾ ਸਟੇਲ ਵਿੱਚ ਕੰਪੀਟੀਸ਼ਨ ਹੋਇਆ ਸੀਗਾ ਤੇ ਉਹਨੇ ਉਹਦੇ ਵਿੱਚ ਜਾ ਕੇ ਅਨੇਕ ਮੈਡਲ ਜਿੱਤੇ ਨੇ 골ਡ ਮੈਡਲ ਜਿੱਤਿਆ ਉਹਨਾਂ ਦੀ ਉਮਰ ਜਿਹੜੀ 70 ਸਾਲ ਤੋਂ ਵੱਧ ਜਿਹੜੀ ਉਮਰ ਹੈਗੀ ਹੈ ਤੇ ਪੁਰਾਣੀ ਖੁਰਾਕਾ ਖਾਦੀ ਹੈਗੀ ਹੈ ਤੇ ਫੌਜੀ ਵੀ ਰਹ ਚੁੱਕੇ ਸੀਗੇ ਬਚਪਨ ਤੋਂ ਉਹਨਾਂ ਨੂੰ ਸ਼ੌਕ ਸੀਗਾ ਭੱਜਦਾ ਤੇ ਹੁਣ ਲਗਾਤਾਰ ਉਹਨੂੰ ਭੱਜਿਆ ਜਾ ਰਿਹਾ ਤੇ ਅਨੇਕ ਕੰਪੀਟੀਸ਼ਨ ਜਿਹੜੇ ਜਿੱਤੇ ਉਹਨਾਂ ਈ ਤੁਹਾਡਾ ਨਾਮ ਹੈਗਾ ਕਿਹੜਾ ਤੁਹਾਡਾ ਪਿੰਡ ਹੈ ਤੇ ਜਿਹੜਾ ਭੱਜਾਂ ਦਾ ਤੁਹਾਨੂੰ ਸ਼ੌਂਕ ਹੈ ਇਹ ਤੁਹਾਨੂੰ ਕਦੋਂ ਤੁਹਾਨੂੰ ਪਿਆ ਮੇਰਾ ਨਾਮ ਜਰਨੈਲ ਸਿੰਘ ਘਰਚਾ ਪਿੰਟਨਾਰੀ ਘਲਾਂ ਤੇ ਜਿਹੜੀ ਮੇਰੀ ਮੁੱਢਲੀ ਪੜ੍ਹਾਈ ਆ ਗਵਰਨਮੈਂਟ ਪ੍ਰਾਇਮਰੀ ਸਕੂਲ ਠਨਾਰੀ ਤੋਂ ਆ ਉਸ ਤੋਂ ਬਾਅਦ ਗਵਰਨਮੈਂਟ ਹਾਈ ਸਕੂਲ ਠਨਾਰੀ ਖੁਰ ਤੋਂ ਮੈਂ میٹرਕ ਕੀਤੀ ਉਸ ਤੋਂ ਬਾਅਦ ਮੈਂ ਅਰਿਆ ਕਲਾ ਗਿਆ ਸਕੂਲ ਦੇ ਵਿੱਚ ਵੀ ਪ੍ਰਾਇਮਰੀ ਸਕੂਲ 'ਚ ਵੀ 골ਡ ਮੈਡਲ ਸੀ ਮੇਰੇ ਤੇ ਹਾਈ ਸਕੂਲ 'ਚ ਵੀ 골ਡ ਮੈਡਲ ਆਉਂਦੇ ਸੀ ਚੋਦੋਂ ਆਰਿਆ ਕਾਲਜ ਜਿਹੜਾ ਉੱਥੇ ਵੀ 골ਡ ਮੈਡਲ ਜਿੱਤਦੇ ਰਹੇ ਉਸ ਤੋਂ ਬਾਅਦ ਫਿਰ ਸਪੋਰਟਸ ਕੋਟੇ ਵਿੱਚ ਮਿਲਟਰੀ ਚਲੇ ਗਏ ਮਿਲਟਰੀ ਦੇ ਵਿੱਚ ਬ੍ਰਿਗੇਡ ਦੀਆਂ ਪੱਲਾਂ ਖੇਡਾਂ ਹੁੰਦੀਆਂ ਨੇ ਫਿਰ ਡਿਬ ਫਿਰ ਕਮਾਂਡ ਉਸ ਤੋਂ ਬਾਅਦ ਫਿਰ ਸਰਵਿਸ ਫਿਰ ਨੈਸ਼ਨਲ ਉੱਥੋਂ ਵੀ 골ਡ ਮੈਡਲ ਹੀ ਮੇਰੇ ਮੈਂ ਜਿੱਤਦਾ ਰਿਹਾ ਤੇ 2018 ਦੇ ਵਿੱਚ ਆਪਣੇ ਨਾਸਕ ਇੰਟਰਨੈਸ਼ਨਲ ਲਵੀਆਂ ਸੀਗੀਆਂ ਤੇ Sri Lanka ਨੂੰ ਹਰਾਇਆ ਤੇ ਉੱਥੇ ਹੀ ਮੇਰਾ 골ਡ ਮੈਡਲ ਸੀ 200 ਮੀਟਰ 400 ਮੀਟਰ ਦੇ ਵਿੱਚ ਉਸ ਤੋਂ ਬਾਅਦ ਫਿਰ ਆਪਣੇ ਪੰਜ ਕੂਲੇ ਹੋਈਆਂ ਸੀ ਉੱਥੋਂ ਹੀ ਪਹਿਲੀ ਹੀਟ 'ਚ ਮੈਂ ਫਰਸਟ ਸੀਗਾ ਤੇ 400 ਮੀਟਰ ਦੇ ਵਿੱਚ ਉਸ ਤੋਂ ਬਾਅਦ ਫਿਰ 2000 7 7 ਮਈ ਤੋਂ 14 ਮਈ ਤੱਕ 2022 ਦੇ ਵਿੱਚ ਬੰਗਲੌਰ ਹੋਈਆਂ ਉੱਥੇ ਵੀ ਮੇਰਾ 400 ਮੀਟਰ ਤੇ ਰੇਲੇ ਰੇਸ 400 ਟੂ 400 200 ਮੀਟਰ ਹੋਰ 골ਡ ਮੈਡਲ ਤੇ ਸਰਵਰ ਮੈਡਲ ਸੀ ਜਿੱਤੇ। ਤੋਂ ਬਈ ਹੁਣ ਤੁਸੀਂ ਪਿਛਲੇ ਮਹੀਨੇ ਆਸਟ੍ਰੇਲੀਆ ਗਏ ਸੀਗੇ। ਉੱਥੇ ਕਿਸ ਤਰ੍ਹਾਂ ਜਾਣ ਤੁਹਾਡਾ ਸਬਬ ਬਣਿਆ ਤੇ ਉੱਥੇ ਕਿਹੜੀ ਕਿਹੜੇ ਗੇਮਾਂ ਵਿੱਚ ਤੁਸੀਂ ਹਿੱਸਾ ਲਿੱਤਾ ਕਿਹੜੇ ਕਿਹੜੇ ਮੈਲ ਜਿੱਤੇ ਤੁਸੀਂ? ਆਸਟ੍ਰੇਲੀਆ ਤੋਂ ਮੈਨੂੰ ਸਪான்ਸਰ ਆਈ ਸੀਗੀ। ਸਪான்ਸਰ ਤੇ ਬਾਅਦ ਵਿੱਚ ਮੈਂ ਮੈਸੇਜ ਭਰਪੇ ਦੀ ਉਹ ਤੁਮ ਉਹਨਾਂ ਨੇ ਖਸਾਲਾ ਵੀਜ਼ਾ ਦਿੱਤਾ ਸੀਗਾ। ਉਹ ਕਹਿੰਦੇ ਸੀ ਕੰਪੀਟੀਸ਼ਨ ਲੜਨ ਲਈ ਜਾ ਸਕਦੇ ਹੋ। ਉੱਥੇ ਮੇਰੇ 7 ਆਪਣੇ 7 ਅਕਤੂਬਰ ਤੋਂ 14 ਅਕਤੂਬਰ ਦੇ ਅੰਕ ਡਾ 2023 ਦੇ ਵਿੱਚ ਸੀ। ਉੱਤੇ ਇੰਟਰਨੈਸ਼ਨਲ ਸੀ ਆਸਟ੍ਰੇਲੀਆ ਨੂੰ ਮਾਸਟਰ ਗੇਮਜ਼ ਉਹ ਤੇ ਬੇਰੇ ਗਿਆ ਉੱਤੇ ਫਿਰ 400 ਮੀਟਰ 'ਚ ਮੇਰਾ 골ਡ ਮੈਡਲ ਸੀ 300 ਹੈਡਲ ਲੋ ਹੈਡਲ ਦੇ ਵਿੱਚ 골ਡ ਮੈਡਲ ਸੀ 100 ਮੀਟਰ ਹਾਈ ਹੈਡਲ ਦੇ ਵਿੱਚ ਮੇਰਾ 골ਡ ਮੈਡਲ ਸੀ 800 ਮੀਟਰ 'ਚ ਮੇਰਾ ਸਿਲਵਰ ਮੈਡਲ ਸੀ ਹਾਈ ਜੰਪ ਤੇ 60 ਮੀਟਰ ਦੇ ਵਿੱਚ ਮੇਰੇ ਬ੍ਰੌਨ ਮੈਡਲ ਸੀ ਉਦੋਂ ਮੈਂ 6 ਮੈਡਲ ਜਿੱਤੇ ਚਾਹਤ ਕੇ ਆਪਣੀ ਜਿਹੜੀਆਂ ਇੰਡੀਆ ਤੋਂ ਗਏ ਸੀ ਉਹਨਾਂ ਨੇ ਤਕਰੀਬਨ ਇਦੋਂ ਘਟੇ ਹਰੇ ਨੇ ਜਿੱਤੇ ਨੇ ਸਭ ਨਾਲ ਵੱਧ ਇੰਡੀਆ ਦੇ ਵਿੱਚੋਂ ਮੀਡਲ ਜਿੱਤ ਕੇ ਜਿੱਤੇ ਨੇ ਬਬਈਆ ਤੁਸੀਂ ਆਸਟ੍ਰੇਲੀਆ ਪਹੁੰਚਦੇ ਹੋ ਟਰੈਕ ਤੇ ਜਦੋਂ ਤੁਸੀਂ ਪੁੱਜੇ ਸੀਗੇ ਤੁਸੀਂ ਅਨੇਕ ਲੋਕਾਂ ਨੂੰ ਵੇਖਿਆ ਜਿਹੜੇ ਪੂਰੇ ਵਿਸ਼ਵ ਭਰ ਦੇ ਵਿੱਚ ਆਏ ਤੁਸੀਂ ਹਾਲਾਕਿ ਗੋਰਿਆਂ ਨੂੰ ਮਾਤ ਦਿੱਤੀ ਹੈ ਸਰ ਉਸ ਤਰ੍ਹਾਂ ਕਿਸ ਤਰ੍ਹਾਂ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ ਜਦੋਂ ਤੁਸੀਂ ਵਿਦੇਸ਼ ਵਿੱਚ ਭੱਜੇ ਸੀਗੇ ਕਿਸ ਤਰ੍ਹਾਂ ਦਾ ਵਾਤਾਵਰਣ ਸੀਗਾ ਕਿਸ ਤਰ੍ਹਾਂ ਦੇ ਲੋਕ ਸੀਗੇ ਕਿਸ ਤਰ੍ਹਾਂ ਤੁਹਾਡਾ ਐਕਸਪੀਰੀਅੰਸ ਰਿਹਾ ਆਸਟ੍ਰੇਲੀਆ ਵਿੱਚ ਆਸਟ੍ਰੇਲੀਆ ਦੇ ਵਿੱਚ ਜਦੋਂ ਮੈਂ ਗਿਆ ਜੀ ਉਹਨਾਂ ਦੇ ਗੋਰਿਆਂ ਨੂੰ ਜੇ ਕੋਈ ਜਿੱਤਦਾ ਉਹਨਾਂ ਨੂੰ ਕੋ ਖੁਸ਼ੀ ਮਨਾਉਂਦੇ ਆ ਉਹਨਾਂ ਨੇ ਸਾਰੇ ਗੋਰੇ ਮੈਨੂੰ ਜਫੀ ਪਾਪਾ ਮਿਲਦੇ ਸੀ ਜਦੋਂ ਮੈਂ ਗਰਾਊਂਡ 'ਚ ਵਰ ਜਾਂਦਾ ਸੀਗਾ ਉਹ ਕਹਿੰਦੇ ਵੀ ਇਹ ਮੈਡਲ ਜਿੱਤ ਕੇ ਇੰਡੀਆ ਬਾਹਰ ਆਊਗਾ ਮੈਡਲ ਜਿੱਤ ਕੇ ਜਾਂ 골ਡ ਮੈਡਲ ਜਾਂ ਸਿਲਵਰ ਮੈਡਲ ਜਾਂ ਬ੍ਰੌਨ ਮੈਡਲ ਜਿੱਤ ਕੇ ਬਾਹਰ ਗਰਾਊਂਡ 'ਚ ਆਉਂਦੇ ਸੀਗੇ ਸਾਰੇ ਉੱਥੇ ਜੋ ਗੋਰੇ ਸੀ ਜਾਂ ਹੋਰ ਕੰਟਰੀ ਵਾਲੇ ਸਾਰੇ ਬੜਾ ਪਿਆਰ ਨਾਲ ਜਫੀਆਂ ਪਾਪਾ ਮਿਲਦੇ ਸੀਗੇ ਜਦੋਂ ਦੇ ਸੀਗੇ ਤਾਂ ਹੱਡੀਆਂ ਮਾਰਦੇ ਸੀ ਤੇ ਹੁਣ ਤੁਸੀਂ ਆਸਟ੍ਰੇਲੀਆ ਵਿੱਚ ਤਾਂ ਕਾਫੀ ਮੈਡਲ ਜਿੱਤ ਆਏ ਹੋ ਤੇ ਹੁਣ ਅੱਗੇ ਤੁਹਾਡੇ ਕਿਸ ਕਿਹੜੇ ਟੂਰਨਾਮੈਂਟ ਵਾਸਤੇ ਤੁਸੀਂ ਤਿਆਰੀ ਕਰ ਰਹੇ ਹੋ ਤੇ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਆ? ਮੇਰੀ 3 ਘੰਟੇ ਮੈਂ ਪੀਯੂ ਯੂਨੀਵਰਸਿਟੀ ਦੇ ਵਿੱਚ ਸਵੇਰੇ ਦੌੜ ਲਾਉਣਾ ਤੇ 3 ਘੰਟੇ ਜਾਂ 2 ਘੰਟੇ ਸ਼ਾਮ ਨੂੰ ਪੀਯੂ ਯੂਨੀਵਰਸਿਟੀ ਦੇ ਵਿੱਚ ਦੌੜ ਲਾਉਣਾ ਹੁਣ ਮੇਰੀ ਤਿਆਰੀ ਅਮਰੀਕਾ ਦੇ ਵਿੱਚ ਪੈਨ ਮਾਸਟਰ ਗੇਮ ਜ 7 ਮਈ ਤੋਂ 17 ਮਈ ਤੱਕ ਅਮਰੀਕਾ ਦੇ ਵਿੱਚ ਹੋ ਰਹੀਆਂ ਨੇ ਅਮਰੀਕਾ ਦੇ ਵਿੱਚੋਂ ਮੇਰੀ ਮੇਰੀ ਜਿਹੜੀ ਸੋਚ ਆ ਵੀ ਜਿੰਨੇ ਕੰਪੀਟੀਸ਼ਨ ਲੜਨੇ ਸਨ ਜ gold medal ਜਿੱਤ ਕੇ ਆਉਣੇ ਆ ਤਾਂ ਬਾਪਾ ਜੀ ਖੁਰਾਕ ਕੀ ਹੈਗੀ ਹਾਲਾਂਕਿ ਤੁਹਾਡੀ ਇੰਨੀ ਉਮਰ ਹੋ ਗਈ ਆ ਤੁਸੀਂ ਪੂਰੇ ਫਿੱਟ ਹੈਗੇ ਹੋ ਜਿਸ ਤਰ੍ਹਾਂ ਵਰਦੀ ਤੁਸੀਂ ਕਰਦੇ ਖਾਂਦੇ ਕੀ ਖੁਰਾਕਾਂ ਕੀ ਤਰ੍ਹਾਂ ਸਰ ਤੁਹਾਡੀ ਹੈਗੀ ਖੁਰਾਕ ਮੇਰੀ ਸਵੇਰੇ ਤੜਕੇ ਰਾਤ ਨੂੰ ਕਾਲੇ ਛੋਲੇ ਪੀਉਂਦੇ ਨੇ ਸਵੇਰੇ ਦੌੜਨ ਤੋਂ ਬਾਅਦ ਕਾਲੇ ਛੋਲੇ ਦੁੱਧ ਨਾਲ ਖਾਈਦੇ ਆ ਖਰੂਟ ਬਦਾਮ ਸੌਗੀ ਕਾਜੂ ਇਹ ਵੀ ਸਵੇਰੇ ਖਾਈਦੇ ਬਾਕੀ ਮੌਸਮੀ ਫਰੂਟ ਜਿਵੇਂ ਕੇਲਾ ਹੋਵੇ ਸੇਬ ਹੋਵੇ ਅੰਗੂਰ ਹੋਵੇ ਮੰਗੋ ਹੋਵੇ ਮੌਸਮੀ ਫਰੂਟ ਵੀ ਖਾਈਦੇ ਆ ਬੱਤ-ਬੱਤ ਤੇ ਅਕਸਰ ਤੁਸੀਂ ਹੁਣ ਜਿਤਨਾ ਕਾਫੀ ਲੰਬੇ ਸਮੇਂ ਤੋਂ ਖੇਡਾਂ ਦਾ ਤੁਹਾਡਾ ਰੁਝਾਨ ਰਿਹਾ ਵਾ ਅਨੇਕ ਤੁਸੀਂ ਮੈਡਲ ਜਿੱਤੇ ਹੈਗੇ ਤੁਸੀਂ ਪੰਜਾਬ ਦਾ ਜਿਹੜਾ ਹੈਗਾ ਵਾ ਸਪੋਰਟਸ ਨੀਤੀ ਜਿਹੜੀ ਹੈਗੀ ਜਾਂ ਪੰਜਾਬ ਦੀ ਜਿਹੜਾ ਸਪੋਰਟਸ ਇਨਫਰਾਸਟ੍ਰਕਚਰ ਹੈ ਸਾਰਾ ਜਿਸ ਤਰ੍ਹਾਂ ਦਾ ਮਾਹੌਲ ਹੈਗਾ ਪੰਜਾਬ ਦੀ ਖੇਡਾਂ ਨੂੰ ਲੈ ਕੇ ਤੁਸੀਂ ਬਾਬਾ ਜੀ ਕਿਸ ਤਰ੍ਹਾਂ ਵੇਖਦੇ ਪੰਜਾਬ ਵਿੱਚ ਖੇਡਾਂ ਨੂੰ ਲੈ ਕੇ ਕਿਸ ਨਜ਼ਰ ਪੰਜਾਬ ਦੇ ਵਿੱਚ ਬਿਲਾਂ ਅਕਾਲੀਆਂ ਤੇ ਕਾਂਗਰਸ ਦੇ ਟਾਈਮ ਤੇ ਤਾਂ ਪਲੇਅਰਾਂ ਦੀ ਬਿਲਕੁਲ ਰਿਸਪੈਕਟ ਨਹੀਂ ਸੀਗੀ ਬਹੁਤ ਡਾਊਨ ਪੰਜਾਬ ਥੱਲੇ ਆ ਗਿਆ ਸੀਗਾ ਹਰਿਆਣਾ ਤੇ ਚੰਡੀਗੜ੍ਹ ਦੇ ਸਪੋਰਟ ਮੇਰੇ ਡਿਸਪਲੇਰ ਨੂੰ ਉਹ ਉੱਪਰੋਂ ਜਾ ਰਿਹਾ ਸੀ ਹੁਣ ਭਗਵਾਨ ਪ੍ਰਤਮਾਨ ਦੀ ਸਰਕਾਰ ਆਉਣ ਕਰਕੇ ਹੁਣ ਪੰਜਾਬ ਹਾਕੀ ਦੇ ਵਿੱਚ ਵੀ ਜਿੱਤ ਗਿਆ ਹੈ ਪਰ ਮੈਂ ਵੀ ਆਸਟ੍ਰੇਲੀਆ ਤੋਂ 6 ਮੈਡਲ ਜਿੱਤ ਕੇ ਆਇਆ ਤੇ ਹੁਣ ਸ਼ੌਂਕ ਬੱਚਿਆਂ ਨੂੰ ਵੀ ਵੱਧ ਰਿਹਾ ਪਰ ਹੁਣ ਸਰਕਾਰ ਨੂੰ ਇਹ ਚਾਹੀਦਾ ਬਜ਼ੁਰਗਾਂ ਨੂੰ ਵੀ ਬੱਚਿਆਂ ਨੂੰ ਵੀ ਜਵਾਨਾਂ ਨੂੰ ਵੀ ਡਾਇਟ ਵੀ ਦੇਣ ਤੇ ਉਹਨਾਂ ਨੂੰ ਵਜੀਫਾ ਲਾਉਣ ਦਾ ਖਰਚਾ ਵੀ ਦੇਣਾ ਹੁਣ ਜਾਣਦਾ ਸਭ ਮੋਟੀਵੇਟ ਹੋਣ ਉਹ ਮੈਂ ਮੋਟੀਵੇਟ ਹੁਣ ਤੇ ਉਹ ਵੀ ਏਸ਼ੀਆ ਤੇ ਲੰਮਕੋ ਜਿੱਤ ਕੇ ਆਉਣਾ ਆਕੇ ਇਹਨਾਂ ਨੂੰ ਵੀ ਸਰਵਿਸ ਮਿਲਣੀ ਚਾਹੀਦੀ ਹੈ। ਬਾਬਾ ਜੀ ਇਸ ਤਰ੍ਹਾਂ ਤੁਹਾਡੀ ਇਸਨੂੰ ਉਮਰ ਹੈ 70 ਸਾਲ ਤੋਂ ਵੱਧ ਇੱਕ ਹੋਰ ਸੀਗੇ ਫੋਜਾ ਸਿੰਘ ਜੀ ਜਿਹਨੇ ਉਮਰ 100 ਸਾਲ ਤੋਂ ਵੱਧ ਆ ਤੇ ਉਹ ਵੀ ਲਗਾਤਾਰ ਭੈਦਾ ਹੀ ਸਰਪੇ ਹੈਗੇ ਤੇ ਅਨੇਕ ਸ਼ਖਸੀਤਾਂ ਨੂੰ ਵੀ ਮਿਲਿਆ ਤੇ ਕਦੇ ਤੁਹਾਡੀ ਉਹਨਾਂ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਦੇ ਰਿਕਾਰਡ ਤੋੜਨਾ ਚਾਹੋਗੇ। ਉਹਨਾਂ ਨਾਲ ਫੋਜਾ ਸਿੰਘ ਨਾਲ ਮੇਰੀ ਹਲੇ ਮੁਲਾਕਾਤ ਨਹੀਂ ਹੋਈਗੀ। ਹੁਣ ਅਮਰੀਕਾ ਦੇ ਵਿੱਚ ਸਾਡੀ ਮੁਲਾਕਾਤ ਜਰੂਰ ਹੋਊਗੀ। ਉੱਥੇ ਉਹ ਵੀ ਆ ਰਹੇ ਆ। ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਪ੍ਰੈਕਟਿਸ ਇਸ ਤਰ੍ਹਾਂ ਹੀ ਚੱਲਦੀ ਰਹੂਗੀ। ਬਾਘੁਰੂ ਦੀ ਮੇਹ ਰਹੇ ਤੇ ਮੈਡਲ ਉਸ ਤੋਂ ਵੀ ਵੱਧ ਜਿੱਤਾਂਗੇ। ਇਰੇ ਪੰਜਾਬ ਦੀ ਨੌਜਵਾਨ ਪੀੜ੍ਹੀ ਐ ਉਹਨਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੋ ਕਿ ਅਪੀਲ ਤੁਸੀਂ ਕਰਨਾ ਚਾਹੋਗੇ ਅੱਬਾ ਜੀ ਪੰਜਾਬ ਦੇ ਨੌਜਵਾਨਾਂ ਨੂੰ ਤੇ ਲੜਕੇ ਤੇ ਲੜਕੀਆਂ ਨੂੰ ਮੈਂ ਇਹ ਚੌਕੈਨਾ ਚਾਹਣਾ ਬਈ ਉਹ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਸਵੇਰੇ ਸ਼ਾਮ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨ ਪ੍ਰੈਕਟਿਸ ਕਰਕੇ ਏਸ਼ੀਆ 올림픽 ਜਿੱਤ ਗਏ ਹੋਣ ਤਾਂ ਕਿ ਉਹਨਾਂ ਨੂੰ ਵੀ ਜੌਬ ਵਧੀਆ ਮਿਲ ਸਕੇ ਸੋ ਬਿਲਕੁਲ ਧੰਨਵਾਦ ਜੀ ਸੋ ਬਿਲਕੁਲ ਜਿੱਥੇ ਇੱਕ ਪਾਸੇ ਲਗਾਤਾਰ ਜਿਹੜਾ ਪੰਜਾਬ ਦਾ ਨੌਜਵਾਨ ਆ ਉਹ ਤਾਂ ਨਾਮ ਰੋਸ਼ਨ ਕਰ ਹੀ ਰਿਹਾ ਤੇ ਹੁਣ ਜਿਹੜੇ ਬਜ਼ੁਰਗ ਨੇ 70 ਸਾਲ ਤੋਂ ਬਾਅਦ ਇਹਨਾਂ ਦੀ ਉਮਰ ਹੈਗੀ ਉਹ ਵੀ ਲਗਾਤਾਰ ਭਾਰਤ ਤੇ ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ ਆਸਟ੍ਰੇਲੀਆ ਗਏ ਸੀਗੇ ਉਹਦੇ ਵਿੱਚ ਕਾਫੀ ਕੰਪਿਟੀਸ਼ਨ ਵਿੱਚ ਉਹਨਾਂ ਨੇ ਹਿੱਸਾ ਲਿੱਤਾ ਤੇ ਅਨੇਕ ਜਿਹੜਾ ਉਹਨਾਂ ਨੇ 골ਡ ਮੈਡਲ ਦਰਜ ਕੀਤੇ ਹੈਗੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਕਿਤਨਾ ਕੀਤੇ ਜਿਹੜੇ ਨੌਜਵਾਨ ਪੀੜੀ ਆ ਉਹਨਾਂ ਨੂੰ ਜਿਹੜਾ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਤੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਮੋਟੀਵੇਟ ਕਰਨਾ ਚਾਹੀਦਾ ਖਾਣ ਨੂੰ ਚੰਗੇ ਡਾਈਟ ਦੇਣੇ ਚਾਹੀਦੇ ਪੈਸੇ ਦੇਣੇ ਚਾਹੀਦੇ ਵਜੀਫੇ ਦੇਣੇ ਚਾਹੀਦੇ ਤਾਂ ਕਿ ਉਹ ਲਗਾਤਾਰ ਮੋਟੀਵੇਟ ਹੋਣ ਤੇ ਪੰਜਾਬ ਦਾ